ਅਸਲਾਮ ਅਲੈਕੁਮ। ਅਤੇ ਅੱਜ ਜੀ ਅਸੀਂ ਆਪਣੇ ਮੁਲਕ ਦੀ ਬੜੀ ਇੱਕ ਮਾਇਆਨਾਜ਼ ਹਸਤੀ ਰਿਐਕਸ਼ਨ ਵੀ ਲੋਗ ਵਾਲੀ ਬਹੁਤ ਹੀ ਮੁਹਤਰਮ ਡਾਕਟਰ ਸਾਹਿਬਾ PhD ਡਾਕਟਰ ਸਾਹਿਬਾ 'ਤੇ ਡਿਸਕਸ਼ਨ ਥੋੜ੍ਹੀ ਸਾਰੀ ਕਰਾਂਗੇ। ਅੱਜ ਮੈਂ ਡਾਕਟਰ ਸਾਹਿਬਾ ਦਾ ਇੱਕ ਸਲੋ ਮੋਸ਼ਨ ਵਲੋਗ ਦੇਖਿਆ ਜਿਹਦੇ 'ਚੋਂ ਬੇਖੁਦੀ ਦੇ ਆਲਮ ਵਿੱਚ ਰਸ਼ ਦਾ ਮਲਕ 'ਤੇ ਗੱਲਾਂ ਕਰ ਰਹੇ ਸਨ। ਉਹ ਉਹਨਾਂ 'ਤੇ ਗੱਲਾਂ ਕਰ ਰਹੇ ਸਨ ਅਤੇ ਮੈਂ ਉਹਨਾਂ ਦੇ ਚਿਕਨ ਦੀ ਮੈਰੀਨੇਸ਼ਨ ਵੇਖ ਕੇ ਹੈਰਾਨ ਔਰ ਪਰੇਸ਼ਾਨ ਹੋ ਰਹੀ ਸਾਂ, ਕਿਉਂਕਿ ਡਾਕਟਰ ਸਾਹਿਬਾ ਨੇ ਜਿਸ ਤਰ੍ਹਾਂ ਚਿਕਨ ਦੀ ਮੈਰੀਨੇਸ਼ਨ ਕੀਤੀ, ਕਿਉਂਕਿ ਡਾਕਟਰ ਸਾਹਿਬਾ ਜਿਹੜੇ ਨੇ ਨਾ ਉਹ ਹਰਫਨ ਮੌਲਾ ਨੇ, ਉਹ ਬੱਚਿਆਂ ਨੂੰ ਪਾਲਣਾ ਵੀ ਸਮਝਦੇ ਨੇ, ਕਿਹੜੀ ਚੀਜ਼ ਨਾਲ ਜਰਾਸੀਮ ਲੱਗ ਜਾਂਦੇ ਨੇ ਉਹਨੂੰ ਵੀ ਉਹ ਨੋਟਿਸ 'ਚ ਰੱਖਦੇ ਨੇ, ਘਰ ਨੂੰ ਕਿਸ ਤਰ੍ਹਾਂ ਟੋਰਨਾ ਵੇ ਇਹ ਤਾਂ ਉਸ ਤੋਂ ਵੱਧ ਕੇ ਕੋਈ ਵੀ ਨਹੀਂ ਜਾਣਦਾ, ਹਸਬੈਂਡ ਨੂੰ ਕਿੰਝ ਰਾਜ਼ੀ ਰੱਖਣਾ ਵੇ ਇਹ ਵੀ ਉਹਨਾਂ ਨੂੰ ਸਾਰੇ ਹੀ ਪਤਾ ਨੇ, ਬੜੀ ਹੀ ਨਟਖਟ ਜਾਈਏ। ਅੱਛਾ ਜੀ, ਤਾਂ ਹੋਇਆ ਕੁਛ ਇਸ ਤਰ੍ਹਾਂ ਕਿ ਮੈਂ ਉਹਨਾਂ ਦੀ ਸਲੋ ਮੋਸ਼ਨ ਵੀਡੀਓ ਦੇ ਵਿੱਚ ਦੇਖੇ ਦੋ ਭੁੜਕਦੇ ਹੋਏ ਨਿੰਬੂ, ਉਹਨਾਂ ਨੇ ਚਿਕਨ ਦੇ ਵਿੱਚ ਚੰਗੀ ਤਰ੍ਹਾਂ ਹੱਥ ਮਧੋਲੇ, ਫਿਰ ਮਧੋਲੇ ਹੋਏ ਹੱਥਾਂ ਨਾਲ ਨਿੰਬੂ ਚੁੱਕਿਆ, ਫਿਰ ਉਸ ਤੋਂ ਬਾਅਦ ਉਹਨਾਂ ਨੇ ਨਿੰਬੂ ਨਿਚੋੜਿਆ, ਫਿਰ ਡਾਕਟਰ ਸਾਹਿਬਾ ਨੇ ਉਹੀ ਗੋਸ਼ਤ ਵਾਲੇ ਹੱਥ ਜਿਹੜੇ ਸਨ ਉਹ ਮਸਾਲਿਆਂ ਨੂੰ ਵਾਲੇ ਡੱਬਿਆਂ ਨੂੰ ਲਗਾਏ, ਫਿਰ ਉਹਨਾਂ ਨੇ ਨਮਕ ਵਾਲਾ ਡੱਬਾ ਚੁੱਕਿਆ, ਔਰ ਫਿਰ ਉਹੀ ਮਸਾਲੇ ਵਾਲੇ ਹੱਥ ਜਿਹੜੇ ਸਨ ਉਹ ਨਮਕ ਵਾਲੇ ਡੱਬੇ ਨੂੰ ਵੀ ਲੱਗੇ, ਚਿਕਨ ਵਾਲੇ ਹੱਥ ਸਨ ਨਾ ਉਹ ਨਮਕ ਵਾਲੇ ਡੱਬੇ ਨੂੰ ਵੀ ਲੱਗੇ। ਅਤੇ ਉਹ ਵਿਚਾਰਿਆਂ ਨੂੰ ਪਤਾ ਨਹੀਂ ਲੱਗਿਆ ਨਾ, ਕਦੀ ਕਦੀ ਪਤਾ ਨਹੀਂ ਲੱਗਦਾ ਹੁੰਦਾ, ਵਰਨਾ ਐਡੀ ਸਿਆਣੀ ਖਾਤੂਨ ਹੋਵੇ ਔਰ ਇੰਝ ਦੇ ਕੰਮ ਕਰ ਜਾਵੇ ਜਿਹਨੂੰ ਸਾਰਾ ਕੁਛ ਹੀ ਪਤਾ ਹੁੰਦਾ ਵੇ। ਅੱਛਾ ਜੀ, ਫਿਰ ਉਸ ਤੋਂ ਬਾਅਦ ਅੱਗੇ ਟੁਰਨੇ ਹਾਂ, ਕੀ ਹੋਇਆ ਡਾਕਟਰ ਸਾਹਿਬਾ, ਤੁਸੀਂ ਇੱਕ ਪੜ੍ਹੇ ਲਿਖੇ ਮੁਲਕ 'ਚ ਰਹਿੰਦੇ ਹੋ, ਇੱਕ ਪੜ੍ਹੇ ਲਿਖੇ ਮੁਲਕ ਦੇ ਬਾਸ਼ਿੰਦਾ ਹੋ, ਬਲਕਿ ਮੁਲਕ ਤਾਂ ਘੱਟ ਹੀ ਪੜ੍ਹਿਆ ਹੋਏਗਾ, ਤੁਸੀਂ ਬਹੁਤ ਜ਼ਿਆਦਾ ਪੜ੍ਹੇ ਹੋਏ ਹੋ, ਕਿਆ ਤੁਹਾਨੂੰ ਨਹੀਂ ਪਤਾ ਕਿ ਵੀ ਉੱਥੇ ਬਾਹਰ ਦੇ ਮੁਲਕ 'ਚ ਅਤੇ ਬਾਰ ਬਾਰ ਇਸ ਚੀਜ਼ ਨੂੰ ਦੱਸਿਆ ਜਾਂਦਾ ਕਿ ਜਦੋਂ ਤੁਸੀਂ ਗੋਸ਼ਤ ਨੂੰ ਹੱਥ ਲਗਾਉਂਦੇ ਹੋ ਨਾ ਤਾਂ ਤੁਸੀਂ ਕਿਸੇ ਹੋਰ ਚੀਜ਼ ਨੂੰ ਟੱਚ ਮਤ ਕਰੋ, ਹੱਥ ਧੋ ਕੇ ਫਿਰ ਕਿਸੇ ਚੀਜ਼ ਨੂੰ ਇਸਤੇਮਾਲ ਕਰੋ, ਤੁਸੀਂ ਤਾਂ ਨਮਕ ਵਾਲਾ ਜਿਹੜਾ ਡੱਬਾ ਸੀ ਨਾ ਉਹਨੂੰ ਵੀ ਕੰਟੋਮੀਨੈਂਟ ਕਰ ਦਿੱਤਾ, ਠੀਕ ਹੈ। ਅਗਰ ਖੁਦਾ ਨਾ ਖਾਸਤਾ ਤੁਸੀਂ ਉਹੀ ਹੱਥ ਜਿਹੜੇ ਨੇ ਆਪਣੇ ਬੱਚੇ ਨੂੰ ਲਗਾਉਂਦੇ ਹੋ, ਅੱਲਾ ਮੀਆਂ ਉਹਦੀ ਜ਼ਿੰਦਗੀ ਕਰੇ, ਅੱਲਾ ਇੱਕ ਦੇ ਦੋ ਕਰੇ, ਅੱਲਾ ਕਰੇ ਤੁਹਾਡੇ ਘਰ ਵੀ ਖੁਸ਼ੀਆਂ ਦੀ ਇੱਕ ਹੋਰ ਆਵਾਜ਼ ਆਏ, ਖਾਣ ਨੂੰ ਮੈਨੂੰ ਮੋਤੀਚੂਰ ਲੱਡੂ ਲੱਭਣ, ਲੋਕ ਕਹਿਣ ਕਿ ਰਿਐਕਸ਼ਨ ਵਾਲੀ ਬਹਿਨ ਕੇ ਘਰ ਬੇਟਾ ਹੁਆ ਹੈ। ਅਤੇ ਜਨਾਬ ਗੱਲ ਇਹ ਕਰਦੀ ਚੱਲਾਂ ਕਿ ਛੋਟੇ ਬੱਚੇ ਜਿਹੜੇ ਹੁੰਦੇ ਨੇ ਬੜੇ ਸੈਂਸਿਟਿਵ ਹੁੰਦੇ ਨੇ, ਜਦੋਂ ਤੁਸੀਂ ਜਮਸ ਵਾਲੇ ਹੱਥ ਉਹਨਾਂ ਨੂੰ ਲਗਾਓਗੇ, ਖੁਦਾ ਨਾ ਖਾਸਤਾ ਮੇਰੇ ਮੂੰਹ 'ਚ ਸਵਾ ਪਵੇ, ਉਸ ਬੱਚੇ ਨੂੰ ਫੂਡ ਪੋਇਜ਼ਨਿੰਗ ਵੀ ਹੋ ਸਕਦੀ ਹੈ। ਡਾਕਟਰ ਸਾਹਿਬਾ, ਲੋਕਾਂ 'ਤੇ ਬੜੇ ਰਿਐਕਸ਼ਨ ਦਿੰਦੇ ਹੋ, ਥੋੜ੍ਹਾ ਜਿਹਾ ਧਿਆਨ ਇਹਨਾਂ ਚੀਜ਼ਾਂ ਵੱਲ ਵੀ ਤੁਸੀਂ ਦੇ ਲਵੋ ਮਾਈ ਡੀਅਰ ਡਾਰਲਿੰਗ। ਵੈਸੇ ਇੱਕ ਗੱਲ ਤਾਂ ਦੱਸ ਯਾਰ, ਰਿਐਕਸ਼ਨ ਕਦੀ ਬਗੈਰ ਧੋਤਿਆਂ ਗੋਸ਼ਤ ਪਕਾਇਆ ਹੀ? ਬੜਾ ਹੀ ਮਜ਼ਾ ਆਉਂਦਾ ਜੀ ਸੱਚੀ, ਕਦੀ ਪਕਾ ਕੇ ਵੇਖੀ ਬਗੈਰ ਧੋਤਿਆਂ? ਮੈਂ ਕਹਿੰਦੀ ਹਾਂ ਹਾਏ, ਤੈਨੂੰ ਢਾਬੇ ਵਾਲੇ ਹੋਟਲ ਦਾ ਮਜ਼ਾ ਨਾ ਆਵੇ ਨਾ, ਅਤੇ ਸੱਚੀ ਮੈਨੂੰ ਜੋ ਮਰਜ਼ੀ ਕਹਿ ਲਵੀ। ਅਤੇ ਲਓ ਜੀ, ਇਹ ਤਾਂ ਸੀ ਮੇਰੀ ਛੋਟੀ ਮੋਟੀ ਜਿਹੀ ਸ਼ਰਾਰਤ ਜੋ ਕਿ ਮੈਂ ਕੀਤੀ, ਔਰ ਕਿਉਂਕਿ ਮੈਂ ਕਦੀ ਕੋਈ ਵਲੋਗਸ ਕਿਸੇ ਦੇ ਗੌਰ ਨਾਲ ਦੇਖਦੀ ਨਹੀਂ ਹਾਂ, ਬਸ ਐਵੇਂ ਹੀ ਪਰੇਸ਼ਾਨ ਪਰੇਸ਼ਾਨ ਬੰਦਾ ਬੈਠਾ ਹੋਵੇ ਅਤੇ ਇੱਧਰ ਉੱਧਰ ਫਿਰ ਹੱਥ ਮਾਰਦਾ ਹੀ ਹੈ ਨਾ, ਉਹਨੂੰ ਵੇਖ ਉਹਨੂੰ ਵੇਖ, ਸਾਨੂੰ ਵੀ ਇਹਦੀਆਂ ਆਦਤਾਂ ਪੈ ਗਈਆਂ ਇੰਨਾ, ਔਰ ਕਦੀ ਵੇਖੋ ਉਹ ਅਜ਼ਮਤ ਦੀ ਅੰਮੀ ਨੂੰ ਅਤੇ ਕਦੀ ਵੇਖੋ ਆਪਣੇ PhD ਡਾਕਟਰ ਸਾਹਿਬਾਂ ਨੂੰ, ਅਤੇ ਬਸ ਇੰਝ ਹੀ ਕਰਦੇ ਕਰਦੇ
ਉਹ ਵੀਡੀਓ ਮੇਰੇ ਹੱਥੇ ਚੜੀ ਅਤੇ ਮੈਂ ਕਿਹਾ ਡਾਕਟਰ ਸਾਹਿਬ ਭੁੱਲ ਗਏ ਹੋਣਗੇ, ਮੈਂ ਉਹਨਾਂ ਨੂੰ ਦੱਸ ਦੇਵਾਂ ਕਿ ਸੋਹਣਿਓ ਇੰਝ ਨਹੀਂ ਕਰੀਦਾ ਹੁੰਦਾ, ਜਰਾਸੀਮ ਲੱਗ ਜਾਂਦੇ ਹੁੰਦੇ ਨੇ, ਤੁਸੀਂ ਤਾਂ ਬੜੇ ਸਿਆਣੇ ਹੋ, ਸਾਨੂੰ ਸਬਕ ਦਿੰਦੇ ਹੋ ਅਤੇ ਆਪ ਤੁਸੀਂ ਕੀ ਕਰਦੇ ਪਏ ਹੋ। ਅੱਛਾ ਜਨਾਬ, ਅਤੇ ਆਉਂਦੇ ਹਾਂ ਅਸੀਂ ਆਪਣੇ ਅਸਲ ਟੋਪਿਕ ਵਾਲੇ ਪਾਸੇ। ਅੱਜ ਜਨਾਬ ਫਿਰ ਮੈਂ PhD ਡਾਕਟਰ ਸਾਹਿਬਾਂ ਦੀ ਵੀਡੀਓ ਦੇਖੀ, ਔਰ ਵੀਡੀਓ 'ਚ ਡਾਕਟਰ ਸਾਹਿਬਾਂ ਨੇ ਫਿਰ ਧਰਿਆ ਹੋਇਆ ਸੀ ਜੀ ਹਿਨਾ ਜੀ ਨੂੰ। ਡਾਕਟਰ ਸਾਹਿਬਾ ਛੱਡ ਦਿਉ ਪਰੇ, ਇਹਦੇ ਨਾਲ ਤਾਂ ਚੰਗਾ ਤੁਸੀਂ ਉਹ ਇੰਡੀਆ ਦੀ ਹਿਨਾ ਜਿਹੜੀ ਮੂਵੀ ਸੀ ਉਹਦੇ ਉੱਤੇ ਤੁਸੀਂ ਕੋਈ ਰਿਐਕਸ਼ਨ ਦੇ ਦੇਵੋ, ਉਹਦਾ ਕੋਈ ਕੰਟੈਂਟ ਉਹਦੇ 'ਚ ਕੁਛ ਲੱਭ ਕੇ ਬਣਾ ਲਓ। ਇਹ ਸਾਡੀ ਹਿਨਾ ਵਿਚਾਰੀ 'ਚੋਂ ਤੁਸੀਂ ਕੀ ਲੈਣਾ ਹੈਗਾ ਵੇ। ਅੱਛਾ ਹਿਨਾ ਤੋਂ ਤੁਸੀਂ ਪਹਿਲਾਂ ਜਨਾਬ ਗੱਲ ਕਰ ਰਹੇ ਸੋ ਪਲਵਸ਼ਾ ਜੀ 'ਤੇ, ਪਲਵਸ਼ਾ ਜੀ 'ਤੇ ਤੁਸੀਂ ਗੱਲ ਜਿਹੜੀ ਅੱਜ ਕੀਤੀ ਉਹਦੇ ਨਾਲ ਮੈਨੂੰ ਜ਼ਾਤੀ ਤੌਰ 'ਤੇ ਦੁੱਖ ਹੋਈ, ਕਿਉਂਕਿ ਪਲਵਸ਼ਾ ਦਾ ਭਾਈ ਜਿਹੜਾ ਉਹ ਮੇਰਾ ਬੇਟਾ ਸੀ। ਤੁਸੀਂ ਅੱਜ ਫਿਰ ਉਹੀ ਡਿਸਕਸ਼ਨ ਕੀਤੀ ਕਿ ਪਲਵਸ਼ਾ ਨੇ ਉਹਦੇ ਵਾਸਤੇ ਵੀ ਚੈਰਿਟੀ ਕੀਤੀ ਸੀ, ਪਲਵਸ਼ਾ ਨੇ ਗੋਫੰਡ ਪੇਜ 'ਤੇ ਲੋਕਾਂ ਨੂੰ ਕਿਹਾ ਸੀ ਕਿ ਉਹ ਉੱਥੇ ਜਿਹੜਾ ਵੀ ਉਹਦੇ ਵਾਸਤੇ ਹੈਲਪ ਕਰਨ, ਸਾਡੀ ਉਹ ਪੈਸਾ ਕਿੱਥੇ ਗਿਆ, ਉਹ ਸਾਰਾ ਕੁਛ ਕਿੱਥੇ ਵੇ। ਅਤੇ ਜਨਾਬ ਮੁਹਤਰਮਾ ਗੱਲ ਇਸ ਤਰ੍ਹਾਂ ਵੇ, ਅਗਰ ਤੁਹਾਨੂੰ ਯਾਦ ਹੋਏ, ਅਗਰ ਤੁਹਾਡੀ ਆਡੀਅੰਸ ਨੂੰ ਵੀ ਯਾਦ ਹੋਏ, ਉਹਨਾਂ ਨੇ ਜ਼ਰੂਰ ਉਹ ਵਲੌਗ ਦੇਖਿਆ ਹੋਏ, ਅਤੇ ਉਹਦੇ ਵਿੱਚ ਪਲਵਸ਼ਾ ਨੇ ਇਹ ਕਿਹਾ ਸੀ ਕਿ ਲੰਡਨ 'ਚ ਜਦੋਂ ਮੈਨੂੰ ਕੋਈ ਡਾਕਟਰ ਦਾ ਸਹੀ ਇੰਤਜ਼ਾਮ ਮੇਰੇ ਕੋਲ ਹੋ ਜਾਏਗਾ, ਮੈਨੂੰ ਪਤਾ ਚੱਲ ਜਾਏਗਾ, ਅਤੇ ਫਿਰ ਮੈਂ ਗੋਫੰਡ ਪੇਜ ਦੇ ਥਰੂ ਤੁਹਾਡੇ ਸਭ ਨੂੰ ਅਪੀਲ ਕਰਾਂਗੀ ਚੈਰਿਟੀ ਵਾਸਤੇ, ਕਿਉਂਕਿ ਉੱਥੇ ਉਹ ਇਲਾਜ ਬਹੁਤ ਜ਼ਿਆਦਾ ਕੋਸਟਲੀ ਹੈ, ਜੋ ਕਿ ਆਮ ਇੱਕ ਪਾਕਿਸਤਾਨੀ ਬੰਦਾ ਕੋਈ ਵੀ ਹੋਏ, ਮੈਂ ਤਾਂ ਕਹਿੰਦੀ ਹਾਂ ਸ਼ਾਇਦ ਕਿ ਕਰੋੜਾਪਤੀ ਵੀ ਅਫੋਰਡ ਨਹੀਂ ਕਰ ਸਕਦੇ, ਠੀਕ ਹੈ। ਔਰ ਉਹਨੇ ਕਿਹਾ ਸੀ ਕਿ ਫਿਰ ਉਸ ਤੋਂ ਬਾਅਦ ਮੈਂ ਕਹਾਂਗੀ, ਔਰ ਮੈਂ ਫਿਰ ਕੋਈ ਅਕਾਊਂਟ ਨੰਬਰ ਦੇਵਾਂਗੀ, ਅਤੇ ਤੁਸੀਂ ਉਹਦੇ ਵਿੱਚ ਮਤਲਬ ਜਿਹੜਾ ਵੇ ਉਹ ਜਿੰਨੀ ਹੈਲਪ ਕਰ ਸਕਦੇ ਹੋਵੋਗੇ ਤੁਸੀਂ ਉਹਦੀ ਹੈਲਪ ਕਰਨਾ। ਅਜੇ ਉਹਨੇ ਇਹ ਗੱਲ ਕੀਤੀ ਸੀ ਕਿ ਉਹਦੀ ਗੱਲ ਕਰਨ ਤੋਂ ਤੀਸਰੇ ਦਿਨ ਉਹ ਵਿਚਾਰਾ ਅੱਲਾ ਨੂੰ ਪਿਆਰਾ ਹੋ ਗਿਆ। ਉਹ ਤਾਂ ਨੌਬਤ ਹੀ ਨਹੀਂ ਆਈ, ਕਿੰਨੇ ਦਿੱਤਾ ਫੰਡ, ਕਿੰਨੇ ਭੇਜਿਆ ਫੰਡ, ਕਿਹੜਾ ਪਰੂਫ, ਇਹੋ ਹੀ ਤਾਂ ਗੱਲਾਂ ਮੈਂ ਪਿੱਟਣੀਆਂ ਮੇਰੀ ਪਿਆਰੀ ਡਾਕਟਰ, ਮੇਰੀ ਪਿਆਰੀ ਡਾਕਟਰ, ਮੈਂ ਇਹੋ ਹੀ ਪਿੱਟਣੀ ਆ ਕਿ ਮਤਲਬ ਬਹੁਤਾਨ ਪਰੂਫ ਲੈ ਕੇ ਸਾਹਮਣੇ ਆ, ਤਾਂ ਕਿ ਦੇਖ ਨਾ ਦੁਨੀਆ ਨੂੰ ਵੀ ਤਾਂ ਪਤਾ ਚੱਲੇ ਨਾ ਕਿ ਤੂੰ ਸੱਚੀ ਹੈ, ਕਿ ਤੂੰ ਸਹੀ ਕਹਿ ਰਹੀ ਹੈ, ਤੂੰ ਗਲਤ ਨਹੀਂ ਕਹਿ ਰਹੀ, ਤੂੰ ਚੀਖ ਚੀਖ ਕੇ ਲੋਕਾਂ ਨੂੰ ਦੱਸ ਰਹੀ ਹੈ ਕਿ ਤੁਸੀਂ ਲੁੱਟੇਗੇ, ਤੁਸੀਂ ਮਾਰੇਗੇ, ਤੁਸੀਂ ਬਰਬਾਦ ਹੋਗੇ, ਇਹ ਤੁਹਾਨੂੰ ਲੁੱਟ ਕੇ ਖਾ ਗਈਆਂ ਤੁਹਾਡੀਆਂ ਇਹਨਾਂ ਹਰਕਤਾਂ ਤੋਂ, ਜੋ ਕੁਛ ਲੋਕ ਸਾਨੂੰ ਕਹਿ ਰਹੇ ਨੇ, ਕਿਆ ਤੁਸੀਂ ਉਹਨਾਂ ਕਮੈਂਟਸ 'ਤੇ ਕਦੀ ਗੌਰ ਕੀਤਾ, ਬਲਕਿ ਉਹਨਾਂ ਕਮੈਂਟਸ ਨੂੰ ਤੁਸੀਂ ਲਾਈਕ ਕਰਦੀਆਂ ਹੋ, ਉਹਨਾਂ ਕਮੈਂਟਸ 'ਤੇ ਤੁਸੀਂ ਜਾ ਕੇ ਉਹਨਾਂ ਨੂੰ ਜਵਾਬ ਦਿੰਦੀਆਂ ਹੋ ਕਿ ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਕੋਈ ਆ ਕੇ ਕਹਿੰਦਾ ਕਿ ਇਹ ਬਦਮਾਸ਼ ਹੈਗੀਆਂ ਨੇ, ਕੋਈ ਕਹਿੰਦਾ ਬੱਟ 'ਤੇ ਇਸ ਤਰ੍ਹਾਂ ਦੇ ਹੁੰਦੇ ਨੇ, ਇਕੱਲੇ ਬੱਟ ਹੀ ਇੰਝ ਦੇ ਨਹੀਂ ਹੁੰਦੇ, ਉਹ ਬੜੀ ਅਜ਼ੀਮ ਕੌਮ ਹੈ, ਬੜੀ ਦਲੇਰ ਕੌਮ ਹੈ, ਕਿੰਨੇ ਸਾਲ ਹੋ ਗਏ ਨੇ ਕਸ਼ਮੀਰੀਆਂ ਨੂੰ ਜਦੋਂ ਜਹਿਦ ਕਰਦੇ ਹੋਏ ਆਪਣੀਆਂ ਉਹਨਾਂ ਨੇ ਜਵਾਨ ਨਸਲਾਂ ਖਤਮ ਕਰ ਦਿੱਤੀਆਂ, ਆਪਣੇ ਉਹਨਾਂ ਨੇ ਘਰ ਜਿਹੜੇ ਸਨ ਉਹ ਖਤਮ ਕਰ ਦਿੱਤੇ, ਮਗਰ ਇਸਲਾਮ ਦਾ ਝੰਡਾ ਅੱਜ ਤੱਕ ਥਾਮ ਕੇ ਬੈਠੀ ਹੈ ਕਸ਼ਮੀਰੀ ਨਸਲ। ਅਗਰ ਤੁਸੀਂ ਤੁਹਾਡੇ ਕੋਲ ਕਿਸੇ ਦਾ ਚੰਗਾ ਨਹੀਂ ਨਾ ਹੁੰਦਾ ਤਾਂ ਤੁਸੀਂ ਕਿਸੇ ਦਾ ਬੁਰਾ ਕਰਨ ਦਾ ਵੀ ਹੱਕ ਨਹੀਂ ਰੱਖਦੇ। ਹਾਂ, ਮੈਂ ਤੁਹਾਨੂੰ ਉਦੋਂ ਵੀ ਕਿਹਾ ਸੀ ਕਿ ਤੁਸੀਂ ਕੋਈ ਇੱਕ ਗਲਤੀ, ਕੋਈ ਇੱਕ ਪਰੂਫ ਲੈ ਕੇ ਸਾਹਮਣੇ ਆ ਜਾਓ, ਅਸੀਂ ਸਾਰੇ ਤੁਹਾਡੇ ਦੇਣਦਾਰ ਹੋਵਾਂਗੇ, ਅਸੀਂ ਪੂਰੀ ਦੁਨੀਆ ਦੇ ਅੱਗੇ ਆ ਕੇ ਸਾਰੀਆਂ ਪੈਣਾ ਹੱਥ ਜੋੜ ਕੇ ਮਾਫ਼ੀ ਮੰਗਾਂਗੇ, ਆਪਣੇ ਜੁਰਮ ਦਾ ਇਤਰਾਫ਼ ਕਰਾਂਗੇ। ਔਰ ਫਿਰ ਤੁਸੀਂ ਕਹਿੰਦੇ ਹੋ ਕਿ ਜੀ ਹਿਨਾ ਨੂੰ ਗੁੱਸਾ ਕਿਉਂ ਆਉਂਦਾ, ਹਿਨਾ ਬਦਦੁਆ ਕਿਉਂ ਦਿੰਦੀ ਹੈ, ਮੈਨੂੰ ਇਹ ਤਾਂ ਦੱਸ ਮੇਰੀ ਡਾਰਲਿੰਗ ਕਿ ਅਗਰ ਮੈਂ ਤੇਰੇ ਉੱਪਰ ਝੂਠੇ ਇਲਜ਼ਾਮ ਲਗਾਵਾਂ
ਤਾਂ ਫਿਰ ਤੇਰੇ ਦਿਲ 'ਚ ਮੇਰੇ ਵਾਸਤੇ ਦੁਆ ਨਿਕਲੇਗੀ, ਫਿਰ ਬਦਦੁਆਵਾਂ ਹੀ ਨਿਕਲਣਗੀਆਂ ਨਾ। ਇੱਕ ਘਰ ਦੇ ਵਿੱਚ ਇੰਨੀ ਪ੍ਰੋਬਲਮ ਹੋਈ ਹੋਵੇ ਔਰ ਤੁਸੀਂ ਉਹਨੂੰ ਗੱਲਾਂ 'ਤੇ ਗੱਲਾਂ ਲਾਓ, ਉਹ ਥੱਕ ਹਾਰ ਕੇ ਟੁੱਟ ਕੇ ਅੱਲਾ ਦੇ ਸਾਹਮਣੇ ਰੋਏਗੀ ਨਾ, ਫਿਰ ਬਦਦੁਆਵਾਂ ਹੀ ਉਹਦੇ ਦਿਲ 'ਚੋਂ ਨਿਕਲਣਗੀਆਂ, ਹੋਰ ਤਾਂ ਕੁਛ ਨਹੀਂ ਨਿਕਲੇਗਾ। ਔਰ ਫਿਰ ਅੱਜ ਜਨਾਬ ਡਾਕਟਰ ਸਾਹਿਬ ਤੁਸੀਂ ਬੜੀ ਅਜ਼ੀਮ ਗੱਲ ਕੀਤੀ, ਤੁਸੀਂ ਕਿਹਾ ਕਿ ਅਗਰ ਬਦਦੁਆਵਾਂ ਲੱਗਦੀਆਂ ਤਾਂ ਇਸਰਾਈਲ ਨੂੰ ਵੀ ਲੱਗ ਜਾਂਦੀਆਂ, ਨਾਲ ਹੀ ਤੁਸੀਂ ਯੂ ਟਰਨ ਲਿਆ, ਤੁਸੀਂ ਕਿਹਾ ਨਹੀਂ 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 ਉਹ ਤਾਂ ਲੱਗਣਗੀਆਂ ਬਦਦੁਆਵਾਂ, ਬਦਦੁਆਵਾਂ ਲੱਗਦੀਆਂ ਨੇ। ਇਹ ਜਿਹੜਾ ਫਲਸਤੀਨ ਦਾ ਮਾਮਲਾ ਹੈ ਨਾ, ਇਹ ਤਾਂ ਅੱਲਾ ਦਾ ਆਪਣਾ ਜ਼ਾਤੀ ਮਾਮਲਾ ਹੈ। ਅੱਲਾ ਦੀ ਜ਼ਾਤ ਨੇ ਇਸਰਾਈਲ ਨੂੰ ਢੀਲ ਦਿੱਤੀ ਹੈ, ਅੱਲਾ ਦੀ ਜ਼ਾਤ ਸਾਨੂੰ ਤੁਹਾਨੂੰ ਮੁਸਲਮਾਨਾਂ ਨੂੰ ਵੀ ਦੇਖ ਰਿਹਾ ਹੈ ਕਿ ਅਸੀਂ ਕਿੰਨੇ ਜਹਾਦ ਵਾਸਤੇ ਨਿਕਲ ਰਹੇ ਹਾਂ। ਫਲਸਤੀਨ ਦੀ ਬਦਦੁਆਵਾਂ 'ਚ ਖਾਲੀ ਇਸਰਾਈਲ ਨਹੀਂ ਆਏਗਾ, ਅਸੀਂ ਸਾਰੇ ਆਵਾਂਗੇ। ਉੱਥੇ ਫਲਸਤੀਨੀ ਬੱਚੇ ਕੀ ਕਹਿੰਦੇ ਨੇ ਕਿ ਤੁਸੀਂ ਡਰਪੋਕ ਹੋ, ਤੁਸੀਂ ਸਾਡੀ ਮਦਦ ਵਾਸਤੇ ਨਹੀਂ ਆ ਰਹੇ ਹੋ। ਮੈਂ ਇਹੋ ਹੀ ਤਾਂ ਕਿਹਾ ਸੀ, ਚੱਲ ਦੋਵੇਂ ਭੈਣਾਂ ਲੱਬੈਕ ਕਹਿੰਦੀਆਂ ਹੋਈਆਂ ਨਿਕਲਣੀਆਂ ਹੈਗੀਆਂ ਵਾਂ, ਇਸਰਾਈਲ ਵੱਲ ਵੇਖੀ ਜਾਏਗੀ ਜੋ ਹੋਏਗੀ। ਸ਼ਾਇਦ ਇਹ ਬੋਲ ਬੋਲ ਕੇ ਲੋਕਾਂ ਦੇ ਦਿਲ ਦੁਖਾ ਦੁਖਾ ਕੇ ਅਸੀਂ ਜਿਹੜੇ ਆਪਣੇ ਗੁਨਾਹਾਂ ਦੇ ਪਲੜੇ ਭਾਰੀ ਕੀਤੇ ਨੇ ਨਾ, ਸ਼ਾਇਦ ਕਿ ਸਾਡੇ ਗੁਨਾਹ ਇਸ ਤਰ੍ਹਾਂ ਹੀ ਕਰਕੇ ਮਾਫ਼ ਹੋ ਜਾਣ। ਉਹ ਤੂੰ ਅਤੇ ਮੈਂ ਚੱਲੀਏ ਤਾਂ ਸਹੀ, ਉਹ ਸੋਣੀਏ ਚੱਲ, ਉਹ ਦੀਨ ਦੀਆਂ ਗੱਲਾਂ ਕਰਨੀ ਹੈ, ਉਹ ਇਸਲਾਮ ਦੀਆਂ ਗੱਲਾਂ ਕਰਨੀ ਹੈ, ਉਹ ਆ ਕੇ ਅੱਲਾ ਦੇ ਪੈਗਾਮ ਦੇਣੀ ਹੈ, ਉਹ ਮੇਰੇ ਸੋਹਣੇ ਨਬੀ ਦੇ ਪੈਗਾਮ ਦੇਣੀ ਹੈ। ਉਹ ਸੋਹਣੀ ਹੈ, ਉਹ ਨਬੀ, ਉਹ ਅੱਲਾ, ਉਹ ਇਹੋ ਹੀ ਤਾਂ ਕਹਿੰਦਾ ਹੈ ਕਿ ਜਹਾਦ ਕਰੋ, ਜਹਾਦ ਕਰੋ। ਉਹ ਕੱਢੋ ਨਾ ਆਪਣੇ ਘਰੋਂ ਪੁੱਤਰਾਂ ਨੂੰ, ਉਹ ਕੱਢੋ ਨਾ ਆਪਣੇ ਘਰਾਂ 'ਚੋਂ ਭਰਾਵਾਂ ਨੂੰ, ਉਹ ਦਵੋ ਨਾ ਤਰਗੀਬ, ਉਹ ਦੇ ਨਾ ਮੈਸੇਜ, ਉਹ ਕਹਿ ਨਾ ਪਾਕਿਸਤਾਨ ਨੂੰ, ਉਹ ਕਹਿ ਨਾ ਅਫਗਾਨਿਸਤਾਨ ਨੂੰ, ਉਹ ਕਹਿ ਤੂੰ ਇਰਾਨ ਨੂੰ, ਉਹ ਕਹਿ ਜਾ ਕੇ ਤੂੰ ਆਪਣਾ ਜਿਹੜਾ ਵੇ ਨਾਰਵੇ ਨੂੰ, ਉਹ ਕਹਿ ਜਾ ਕੇ ਤੂੰ ਤਮਾਮ ਇਸਲਾਮੀ ਮਮਾਲਿਕ ਨੂੰ, ਉਹ ਕਹਿ ਜਾ ਕੇ ਤੁਰਕੀ ਦੇ ਤਈਬ ਅਰਦਵਾਨ ਨੂੰ ਕਿ ਆਓ ਸਾਰੇ ਚੱਲਣੇ ਆ ਜਿਹਾਦ ਵਾਸਤੇ, ਆਓ ਸਾਡੇ ਬੱਚੇ ਕੱਟ ਕੱਟ ਕੇ ਮਾਰੇ ਜਾ ਰਹੇ ਨੇ, ਆਓ ਸਾਡੀ ਭੈਣਾਂ ਦੀ ਬੇਹੁਰਮਤੀ ਕੀਤੀ ਜਾ ਰਹੀ ਹੈ, ਆਓ ਸਾਡੇ ਨੌਜਵਾਨ ਭਰਾ ਪੁੱਤਰ ਸ਼ਹੀਦ ਕੀਤੇ ਜਾ ਰਹੇ ਨੇ। ਨਹੀਂ ਕਿਹੜੀਆਂ ਗੱਲਾਂ ਲੈ ਕੇ ਬਹਿ ਗਈ ਹੈ, ਨਹੀਂ ਪੂਰਾ ਫਲਸਤੀਨ ਇਸ ਵਕਤ ਫਲਸਤੀਨ ਪਰੇਸ਼ਾਨੀ ਦੇ ਆਲਮ 'ਚ। ਉਹ ਤੈਨੂੰ ਇੱਕੋ ਟੌਪਿਕ ਹੈ, ਪਲਵਸ਼ਾ ਹਿਨਾ ਉਹਨਾਂ ਦੀ ਭੈਣ ਚੈਰਿਟੀ। ਮੈਂ ਤੈਨੂੰ ਕਹਿੰਦੀ ਹਾਂ, ਅਗਰ ਤੂੰ ਸੱਚੀ ਮੁਸਲਮਾਨ ਹੈ, ਤੂੰ ਅੱਲਾ ਔਰ ਰਸੂਲ ਦੀ ਮੰਨਣ ਵਾਲੀ ਹੈ, ਤੂੰ ਕੁਰਾਨ ਦੀ ਪੜ੍ਹਨ ਵਾਲੀ ਹੈ, ਤਾਂ ਫਿਰ ਆ ਮੇਰੇ ਸਾਹਮਣੇ ਲੈ ਕੇ ਆ ਪਰੂਫ, ਮੈਂ ਇਹਨਾਂ ਨੂੰ ਸਜ਼ਾ ਦੇਵਾਂਗੀ। ਮੈਂ ਨਾ ਦੇਵਾਂ ਤਾਂ ਮੈਂ ਆਪਣੇ ਪਿਓ ਦੀ ਨਹੀਂ ਹਾਂ, ਮਗਰ ਬਹੁਤਾਨ ਲਗਾਉਣੇ ਬੰਦ ਕਰ ਦੇ, ਮਤ ਕਰ ਉਹ ਗੱਲਾਂ ਜਿਨ੍ਹਾਂ ਗੱਲਾਂ 'ਤੇ ਤੂੰ ਖੁਦ ਅਮਲ ਪੈਰਾ ਨਹੀਂ ਹੈ। ਅੱਲਾ ਨੇ ਤਾਂ ਕਿਧਰੇ ਨਹੀਂ ਕਿਹਾ, ਓਏ ਅੱਲਾ ਨੇ ਤਾਂ ਆਪਣੇ ਨਾਮ ਮੰਨਣ ਵਾਲੇ ਦਾ ਵੀ ਦਿਲ ਦੁਖਾਉਣ ਦੇ ਬਾਰੇ 'ਚ ਨਹੀਂ ਕਿਹਾ। ਇੱਕ ਗੱਲ ਹੋਰ ਵੀ ਸੁਣਨਾ ਮੁਸਲਮਾਨੋ ਅੱਜ, ਕਿ ਅਗਰ ਤੁਸੀਂ ਇਹ ਸੋਚਦੇ ਹੋ ਨਾ ਕਿ ਸਿਰਫ਼ ਮੁਸਲਮਾਨ ਦਾ ਹੀ ਦਿਲ ਦੁਖਾਇਆ ਹੈ ਤਾਂ ਤੁਹਾਡੀ ਪਕੜ ਹੋਏਗੀ, ਨਾ 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 ਨਾ, ਕਿਸੇ ਗੈਰ ਮਜ਼ਹਬ ਵਾਲੇ ਦਾ ਵੀ ਦਿਲ ਦੁਖਾਇਆ ਨਾ ਤਾਂ ਹਿਸਾਬ ਅੱਲਾ ਉਹ ਵੀ ਲਏਗਾ। ਅੱਲਾ ਕਹੇਗਾ ਮਾਲਕ ਤਾਂ ਮੈਂ ਸਾਂ ਉਹਦਾ, ਤੂੰ ਕੌਣ ਹੁੰਦਾ ਕਿਸੇ ਦਾ ਦਿਲ ਦੁਖਾਉਣ ਵਾਲਾ। ਤੁਸੀਂ ਇੰਨੀਆਂ ਗੱਲਾਂ ਕਰਦੀਆਂ ਹੋ, ਤੁਸੀਂ ਇੰਨੀ ਹੂਟਿੰਗ ਕਰਦੀਆਂ ਹੋ, ਤੁਸੀਂ ਤੰਜ਼ ਕਰਦੀਆਂ ਹੋ ਜਿਹੜਾ ਵੀ ਇਸ ਤਰ੍ਹਾਂ ਦੇ ਕਿ ਬੰਦਾ ਤਿਲ ਮਿਲਾ ਕੇ ਰਹਿ ਜਾਂਦਾ ਹੈ। ਅੱਜ ਮੈਂ ਇੱਕ ਕਮੈਂਟ ਪਾ ਰਹੀ ਸਾਂ ਕਾੜਕੜੀਛੀ ਦੇ ਜਿਹੜਾ ਵੀ ਉਹ ਵਲੌਗ 'ਤੇ, ਕਿਸੇ ਨੇ ਕਿਹਾ ਹੋਇਆ ਸੀ ਕਿ ਵਸੀਮ ਨੂੰ ਹੈ ਕੀ ਹੈ, ਉਹ ਤਾਂ ਚੰਗਾ ਭਲਾ ਵੇ,
ਉਹ ਤਾਂ ਖਾਂਦਾ ਪੀਂਦਾ ਵੇ, ਉਹ ਤਾਂ ਬਾਹਰ ਜਾ ਕੇ ਹੋਟਲਿੰਗ ਕਰਦਾ ਵੇ, ਹੈਂ ਉਹਨੂੰ ਤਾਂ ਕੁਛ ਵੀ ਕੋਈ ਨਹੀਂ ਹੈ। ਲੋਕਾਂ ਨੇ ਡਿਫਰੈਂਟ ਕਮੈਂਟਸ ਕੀਤੇ ਹੋਏ ਸਨ, ਕਿਸੇ ਇੱਕ ਨੇ ਕਿਹਾ ਹੋਇਆ ਸੀ ਕਿ ਖੁਦਾ ਦਾ ਖੌਫ ਕਰੋ ਕਿ ਉਹ ਬਿਮਾਰ ਹੈ, ਉਹਦੇ ਦੋਨੋਂ ਕਿਡਨੀਜ਼ ਫੇਲ ਨੇ। ਮੇਰੀ ਇੱਕ ਫਰੈਂਡ ਦੇ ਹਸਬੈਂਡ ਜਿਹੜੇ ਸਨ ਉਹਨਾਂ ਦੇ ਡਾਇਲਿਸਿਸ ਹੁੰਦੇ ਸਨ, ਔਰ ਮੈਂ ਅਕਸਰ ਉਹਨਾਂ ਕੋਲ ਸੁਣਦੀ ਹੁੰਦੀ ਸਾਂ ਕਿ ਬਸ ਅੱਜ ਜਿਹੜਾ ਨਾ ਤੇਰੇ ਭਾਈ ਜਾਨ ਡਾਇਲਿਸਿਸ ਕਰਵਾਉਣ ਗਏ ਨੇ, ਉਹਨਾਂ ਵਾਸਤੇ ਮਟਨ ਪਾਏ ਬਣਾਉਣੇ ਨੇ। ਮੈਨੂੰ ਇਹ ਪਤਾ ਹੁੰਦਾ ਸੀ ਕਿ ਕਿਡਨੀ ਪੇਸ਼ੈਂਟਸ ਅਤੇ ਇਹ ਚੀਜ਼ਾਂ ਖਾ ਹੀ ਨਹੀਂ ਸਕਦੇ, ਇਹ ਤਾਂ ਸ਼ਾਇਦ ਉਹਨਾਂ ਵਾਸਤੇ ਨਹੀਂ ਠੀਕ ਨੇ। ਮਗਰ ਮੈਨੂੰ ਉਹਨਾਂ ਨੇ ਕਿਹਾ ਕਿ ਨਹੀਂ, ਇਹਨਾਂ ਦੀ ਪ੍ਰੋਟੀਨ, ਇਹਨਾਂ ਦੀ ਡਾਇਟ ਅਸੀਂ ਠੀਕ ਰੱਖਣੀ ਹੈ। ਨਮਕ ਮਿਰਚ ਮਸਾਲਿਆਂ ਦਾ ਇਸ਼ੂ ਹੁੰਦਾ ਹੈ, ਬਿਲਕੁਲ ਹਕੀਕਤ ਹੈ ਕਿ ਦੁਨੀਆ ਨੂੰ ਦਿਖਾਉਣ ਵਾਸਤੇ ਤੁਹਾਨੂੰ ਹਕੀਕਤ ਕਰ ਦਿਖਾਉਣਾ ਪੈਂਦਾ, ਤੁਹਾਨੂੰ ਮਰ ਕੇ ਵਿਖਾਉਣਾ ਪੈਂਦਾ। ਤੁਸਾਨੂੰ ਹੀ ਨਾ ਹੱਸਦੀ ਵੀ ਬੁਰੀ ਲੱਗਦੀ ਹੈ, ਤੁਹਾਨੂੰ ਵਸੀਮ ਟੁਰਦਾ ਫਿਰਦਾ ਵੀ ਬੁਰਾ ਲੱਗਦਾ। ਅੱਲਾ ਮੇਰੀ ਜ਼ਿੰਦਗੀ ਮੇਰੇ ਉਸ ਭਰਾ ਨੂੰ ਲਾਵੇ, ਅੱਲਾ ਮੇਰੀ ਭੈਣ ਦਾ ਘਰ ਹੱਸਦਾ ਵਸਦਾ ਆਬਾਦ ਰੱਖੇ, ਅੱਲਾ ਕਦੀ ਕਿਸੇ 'ਤੇ ਕੋਈ ਮੁਸ਼ਕਲ ਨਾ ਆਵੇ। ਮੇਰਾ ਆਪਣਾ ਇੱਕ ਭਰਾ ਆਵੇ, ਮੇਰੀ ਜਾਨ ਹੈ ਉਹਦੇ ਵਿੱਚ, ਮੈਂ ਉਹਦੀ ਤਕਲੀਫ ਨਹੀਂ ਬਰਦਾਸ਼ਤ ਕਰ ਸਕਦੀ। ਜਦੋਂ ਮੈਂ ਉਹਦੀ ਨਹੀਂ ਨਾ ਕਰਵਾ ਸਕਦੀ ਤਾਂ ਮੈਂ ਬਾਕੀ ਵੀ ਕਿਸੇ ਭੈਣ ਭਰਾ ਦੀ ਤਕਲੀਫ ਨਹੀਂ ਦੇਖ ਸਕਦੀ। ਇਹਨੂੰ ਕਹਿੰਦੇ ਨੇ ਇਨਸਾਨੀਅਤ, ਇਹਨੂੰ ਕਹਿੰਦੇ ਨੇ ਮੁਸਲਮਾਨ, ਇਹਨੂੰ ਕਹਿੰਦੇ ਨੇ ਅੱਲਾ ਰਸੂਲ ਦਾ ਮੰਨਣ ਵਾਲਾ। ਹੁਣ ਅਸੀਂ ਆ ਜਾਂਦੇ ਹਾਂ ਜੀ ਦੂਸਰੇ ਪੁਆਇੰਟ 'ਤੇ। ਕਿਹੜੇ ਪੁਆਇੰਟ 'ਤੇ? ਕਿ ਜਿਹੜੀ ਕਾੜ ਕੜਿੱਛੀ ਹੈ, ਠੀਕ ਹੈ, ਕਾੜ ਕੜਿੱਛੀ ਨੇ ਫਰਮਾਇਆ ਕਿ ਹਿਨਾ ਕੋ ਆਗ ਲੱਗ ਗਈ ਬਦਦੁਆ ਉਹਨੇ ਦਿੱਤੀ, ਠੀਕ ਹੈ। ਕਿਸੇ ਨੇ ਉੱਤੇ ਕਮੈਂਟ ਕੀਤਾ ਕਿ ਚੈਰਿਟੀ ਕਰਕੇ ਘਰ ਬਣਾ ਲੈ, ਆਪਣੀ ਖੁਆਇਸ਼ ਦਾ ਇਜ਼ਹਾਰ ਕਰਨਾ ਬੁਰਾ ਤਾਂ ਨਹੀਂ। ਜਦੋਂ ਕੋਈ ਹਾਜੀ ਜਾਂਦੇ ਨੇ ਤਾਂ ਮੈਂ ਵੀ ਕਹਿੰਦੀ ਹਾਂ ਕਿ ਮਦੀਨੇ ਵਾਲੇ ਨੂੰ ਮੇਰਾ ਸਲਾਮ ਕਹਿਣਾ ਹੈ। ਦਿਲ 'ਚ ਹਸਰਤ ਆਉਂਦੀ ਹੈ ਕਿ ਯਾ ਅੱਲਾ ਮੈਨੂੰ ਵੀ ਤਾਂ ਬੁਲਾ ਨਾ, ਮੈਂ ਵੀ ਤਾਂ ਆਵਾਂ ਨਾ ਤੇਰੇ ਘਰ, ਤੇਰੇ ਘਰ ਮੈਂ ਖਾਲੀ ਝੋਲੀ ਆਵਾਂ ਅਤੇ ਝੋਲੀਆਂ ਭਰ ਭਰ ਕੇ ਲੈ ਕੇ ਜਾਵਾਂ। ਕਿਆ ਇਹ ਖੁਆਇਸ਼ ਕਰਨੀ ਬੁਰੀ ਗੱਲ ਹੈ? ਜਾਂ ਮੈਂ ਇਹ ਕਹਾਂ ਕਿ ਮੈਂ ਫਲਾਂ ਘਰ ਜਾਂ ਫਲਾਂ ਗੱਡੀ ਜਾਂ ਇੱਕ ਮੋਬਾਈਲ ਵਾਸਤੇ ਕਹਾਂ ਕਿ ਮੈਨੂੰ ਇਹ ਪਸੰਦ ਹੈ, ਹਾਏ ਇਹ ਮੇਰੇ ਕੋਲ ਵੀ ਹੋਏ, ਅਤੇ ਇਹਦੇ 'ਚ ਕੋਈ ਐਸੀ ਗੱਲ ਤਾਂ ਨਹੀਂ ਹੈ। ਆਪਣੀ ਖੁਆਇਸ਼ ਦਾ ਇਜ਼ਹਾਰ ਕਰ ਦੇਣਾ। ਯੂਟਿਊਬ ਫੈਮਲੀ ਨੂੰ ਅਸੀਂ ਕਹਿੰਦੇ ਹਾਂ ਕਿ ਸਾਡੀ ਫੈਮਲੀ ਹੈ, ਕਿਉਂਕਿ ਯੂਟਿਊਬ ਵਾਲੇ ਸਾਨੂੰ ਆਪਣਾ ਸਮਝਦੇ ਨੇ, ਅਤੇ ਫਿਰ ਆਪਣਿਆਂ ਦੇ ਸਾਹਮਣੇ ਇਜ਼ਹਾਰ ਕੀਤਾ ਨਾ। ਇਸੇ ਵਾਸਤੇ ਮੈਂ ਸਟ੍ਰੈਸ ਔਰ ਡਿਪਰੈਸ਼ਨ 'ਚ ਕਿਉਂ ਜਾਂਦੀ ਹਾਂ, ਕਈ ਵਾਰੀ ਸੋਚਦੀ ਹਾਂ, ਦਿਲ 'ਚ ਬੜੀਆਂ ਗੱਲਾਂ ਆਉਂਦੀਆਂ ਨੇ ਕਿ ਖੋਲ੍ਹਾਂ ਮੋਬਾਈਲ, ਬਹਿ ਕੇ ਕਰਾਂ ਭੈਣ ਭਰਾਵਾਂ ਨਾਲ ਗੱਲ, ਫਿਰ ਨਹੀਂ ਕਰਦੀ। ਕਹਿੰਦੀ ਹਾਂ ਨਹੀਂ, ਇਹ ਤੂੰ ਕੱਲ੍ਹ ਮਜ਼ੀਦ ਜਿਹੜੀ ਹੈ ਨਾ ਡਿਪਰੈਸ਼ਨ ਔਰ ਸਟ੍ਰੈਸ 'ਚ ਹੋਏਗੀ, ਨਾ ਕਰ ਇਹਨਾਂ ਨਾਲ ਗੱਲ। ਫਿਰ ਕੀ ਕਰਨੀ ਆ? ਫਿਰ ਮੁਸੱਲਾ ਪਛਾਨੀ ਆ, ਤਹੱਜਦ ਪੜ੍ਹਨੀ ਆ, ਜਾਂ ਨਫਲ ਪੜ੍ਹਨੀ ਆ ਹਜਰਤ ਦੇ, ਅਤੇ ਰੋ ਰੋ ਕੇ ਅੱਲਾ ਨੂੰ ਸੁਣਾਉਂਦੀ ਹਾਂ। ਜਾਂ ਕਦੀ ਇੰਨੀ ਸ਼ਦੀਦ ਅਪਸੈਟ ਹੁੰਦੀ ਹਾਂ ਕਿ ਮੈਂ ਉੱਠ ਕੇ ਬਹਿ ਕੇ ਆਪਣੀ ਮਾਂ ਨੂੰ ਲੱਭਣ ਲੱਗ ਜਾਂਦੀ, ਕਹਿੰਦੀ ਹਾਂ ਅੰਮੀ 13 ਸਾਲ ਹੋ ਗਏ, ਅੰਮੀ ਇੰਨਾ ਅਰਸਾ ਹੋ ਗਿਆ, ਅੰਮੀ ਮੈਂ ਕਿਹਦੇ ਨਾਲ ਗੱਲਾਂ ਕਰਾਂ, ਅੰਮੀ ਮੈਂ ਕਿਹਨੂੰ ਦੁੱਖ ਸੁਣਾਵਾਂ, ਮਾਂ ਦੀ ਕਬਰ 'ਤੇ ਜਾ ਕੇ ਬਹਿ ਕੇ ਗੱਲ ਕਰਕੇ ਆਵਾਂ ਅਤੇ ਦਿਲ ਨੂੰ ਸਕੂਨ ਆਉਂਦਾ। ਫਿਰ ਕੀ ਫਾਇਦਾ ਹੋਇਆ ਯੂਟਿਊਬ ਦੇ ਨਾਲ ਸਾਡੇ ਜੁੜਨ ਦਾ, ਕਿ ਸਾਡੀਆਂ ਗੱਲਾਂ ਨੂੰ ਹਾਸਿਆਂ ਅਤੇ ਮਜ਼ਾਕ ਵਿੱਚ ਪਾ ਦਿੱਤਾ ਜਾਵੇ, ਸਾਡੇ ਉੱਤੇ ਪੁੱਠੇ ਸਿੱਧੇ ਜਿਹੜੇ ਟੋਂਟ ਨੇ ਉਹ ਕੀਤੇ ਜਾਣ? ਕਿਉਂ? ਸਾਡਾ ਜੁਰਮ ਕੀ ਹੈ? ਸਾਡਾ ਜੁਰਮ ਇਹੋ ਹੀ ਹੈ ਕਿ ਅਸੀਂ ਯੂਟਿਊਬ 'ਤੇ ਆ ਕੇ ਸੱਚੀਆਂ ਗੱਲਾਂ ਕੀਤੀਆਂ ਨੇ, ਕਿਉਂਕਿ ਅਸੀਂ ਖਰੇ ਲੋਕ ਹਾਂ, ਸਾਡੇ 'ਚ ਬਨਾਵਟ ਨਹੀਂ ਹੈ।
ਸਾਡੇ 'ਚ ਕੋਈ ਆਰਟੀਫਿਸ਼ਲ ਗੱਲ ਨਹੀਂ ਹੈ, ਅਸੀਂ ਕੋਈ ਐਕਟਰਾਂ ਦੇ ਖਾਨਦਾਨ ਦੇ ਉੱਤੇ ਨਹੀਂ ਹਾਂ ਨਾ, ਜੋ ਦਿਲ 'ਚ ਹੁੰਦਾ ਜੋ ਮੂੰਹ 'ਚ ਆਉਂਦਾ ਉਹ ਕਰ ਦਿੰਦੇ ਹਾਂ। ਮੈਂ ਬਾਰਹਾ ਕੋਸ਼ਿਸ਼ ਕੀਤੀ ਮੇਰੀ ਯੂਟਿਊਬ ਫੈਮਿਲੀ ਕਿ ਜਿਹੜੀ ਰਿਐਕਸ਼ਨ ਵਾਲੀਆਂ ਨੇ ਇਹ ਗੱਲ ਨੂੰ ਸਮਝ ਜਾਣ। ਮੈਂ ਅੱਜ ਵੀ ਆਪਣੇ ਮੌਕਫ 'ਤੇ ਕਾਇਮ ਹਾਂ, ਮੈਂ ਡਟੀ ਹੋਈ ਹਾਂ ਕਿ ਜਦੋਂ ਪਰੂਫ ਹੀ ਕੋਈ ਨਹੀਂ ਹੈ ਤੁਹਾਡੇ ਕੋਲ, ਕਿਸ ਚੀਜ਼ ਦਾ ਬਹੁਤਾਨ ਲਗਾਉਂਦੀਆਂ ਹੋ? ਆਖਰ ਇੰਨੇ ਦਿਨਾਂ ਤੋਂ ਇਹ ਬਕਵਾਸ ਚੱਲ ਰਹੀ ਹੈ। ਜਿਨ੍ਹਾਂ ਲੋਕਾਂ ਨੇ, ਮੈਂ ਉਹਨਾਂ ਲੋਕਾਂ ਨੂੰ ਰਿਕੁਐਸਟ ਕਰਨੀ ਆ ਕਿ ਜਿਨ੍ਹਾਂ ਨੇ ਹਿਨਾ ਨੂੰ, ਪਲਵਸ਼ਾ ਨੂੰ, ਸਨਾ ਨੂੰ ਕੋਈ ਫੰਡ ਰੇਜ਼ਿੰਗ ਕੀਤੀ ਹੈ, ਕੋਈ ਉਹਨਾਂ ਨੂੰ ਚੈਰਿਟੀ ਦਿੱਤੀ ਹੈ, ਪਲੀਜ਼ ਖੁਦਾ ਦਾ ਵਾਸਤਾ ਹੈ ਇਹਨਾਂ ਦੀ ਜਾਨ ਛੁਡਾਓ। ਆ ਕੇ ਦੱਸੋ ਉਹਨਾਂ ਨੂੰ ਕਿ ਤੁਹਾਨੂੰ ਕਿਆ ਉਹਨਾਂ ਨੇ ਤਮਾਮ ਹਿਸਾਬ ਕਿਤਾਬ ਨਹੀਂ ਦਿੱਤੇ? ਇਹ ਕੌਣ ਹੁੰਦੀਆਂ ਨੇ ਆਡਿਟ ਕਰਨ ਵਾਲੀਆਂ? ਕਿਆ ਇਹਨਾਂ ਨੇ ਉਹਦੇ ਵਿੱਚ ਪੈਸਾ ਪਾਇਆ? ਕਿਆ ਇਹਨਾਂ ਨੇ ਉਹਦੇ 'ਚ ਪੈਸਾ ਪਾਇਆ? ਕਿਆ ਇਹਨਾਂ ਨੇ ਉੱਥੇ ਆਵਾਮ ਵਾਸਤੇ ਕੋਈ ਇਕਦਾਮ ਕੀਤੇ ਨੇ? ਕਿਆ ਇਹਨਾਂ ਨੇ ਵੀ ਕਿਸੇ ਨੂੰ ਕਿਹਾ ਕਿ ਆਓ ਸਾਰੇ ਮਿਲ ਜੁਲ ਕੇ ਅਸੀਂ ਆਪਣੀ ਆਵਾਮ ਵਾਸਤੇ ਮੁਸ਼ਕਿਲ ਵਕਤ 'ਚ, ਮੁਲਕ ਪਾਕਿਸਤਾਨ 'ਤੇ ਮੁਸ਼ਕਿਲ ਕਿਸ ਟਾਈਮ ਤੋਂ ਆਈ ਹੋਈ ਹੈ, ਪਾਕਿਸਤਾਨ ਦਾ ਮਜ਼ਦੂਰ ਤਬਕਾ ਕਿਸ ਤਰ੍ਹਾਂ ਦੀ ਜ਼ਿੰਦਗੀ ਗੁਜ਼ਾਰ ਰਿਹਾ? ਕਿਆ ਕਦੀ ਕਿਸੇ ਨੇ ਇਹ ਸੋਚਿਆ? ਕਦੀ ਕਿਸੇ ਨੇ ਨਹੀਂ ਸੋਚਿਆ। ਜਦੋਂ ਕੋਈ ਚੰਗਾ ਕੰਮ ਕਰਨ ਲੱਗਦਾ ਤੁਸੀਂ ਆ ਕੇ ਉਹਦੀਆਂ ਲੱਤਾਂ ਖਿੱਚਣ ਲੱਗ ਜਾਂਦੇ ਹੋ, ਉਹਨਾਂ 'ਤੇ ਝੂਠੇ ਬਲੇਮ ਲਗਾਉਂਦੇ ਹੋ। ਹਿਨਾ ਕਿਉਂ ਤਪੀ, ਹਿਨਾ ਕਿਉਂ ਬੋਲੀ, ਇਹਦਾ ਜਵਾਬ ਵੀ ਸੁਣ ਡਾਕਟਰ, ਇਹਦਾ ਜਵਾਬ ਵੀ ਸੁਣ। ਜਵਾਬ ਇਹਦਾ ਇਹ ਵੇ ਕਿ ਹਿਨਾ 'ਤੇ ਤੂੰ ਬਲੇਮ ਲਗਾਇਆ, ਬਲਕਿ ਸਾਰਿਆਂ ਨੇ ਤੁਸੀਂ ਨੇ ਲਗਾਇਆ ਕਿ ਉਹ ਇੱਥੋਂ ਪੈਸਾ ਇਕੱਠਾ ਕਰਦੀ ਹੈ, ਇਹ ਪਾਕਿਸਤਾਨ ਜਾ ਕੇ ਬਿਜ਼ਨਸ ਕਰਦੀਆਂ ਨੇ। ਮੈਂ ਕੱਲ੍ਹ ਵੀ ਕਿਹਾ ਕਿ ਮੈਂ ਹਲਫਾ ਨਹੀਂ ਮਾਨਣ ਕੁਰਾਨਨ ਕਹਿ ਸਕਦੀ ਹਾਂ, ਇਸ ਖਾਨਦਾਨ ਵਰਗਾ ਬੜੇ ਖਾਨਦਾਨ ਹੋਣਗੇ ਮਗਰ ਇੰਝ ਦਾ ਕੋਈ ਨਹੀਂ। ਇਹ ਨਹੀਂ ਕਿ ਯੂਟਿਊਬ 'ਤੇ ਆ ਕੇ ਉਹਨਾਂ ਨੇ ਜੁਰਮ ਕਰ ਰਿਹਾ ਸਭ ਨਾਲ ਸ਼ੇਅਰ ਕਰਕੇ ਕਿ ਅਸੀਂ ਇਹ ਚੈਰਿਟੀ ਕੀਤੀ ਹੈ, ਅਸੀਂ ਲੋਕਾਂ ਤੱਕ ਰਾਸ਼ਨ ਮੁਹੱਈਆ ਕੀਤਾ, 500 ਘਰ ਨੂੰ ਤੁਸੀਂ ਰਾਸ਼ਨ ਦੇ ਰਹੇ ਹੋ, 500 ਘਰਾਂ ਦਾ ਚੁੱਲ੍ਹਾ ਬਾਲ ਰਹੇ ਹੋ, ਇਹ ਕੋਈ ਛੋਟੀ ਸਾਰੀ ਗੱਲ ਨਹੀਂ ਹੈ। ਅੱਲਾ ਦੀ ਮਖਲੂਕ ਕਿੰਨੀ ਕੁਨਾਂ 'ਤੇ ਰਾਜ਼ੀ ਹੈ? ਕਿਆ ਤੁਸੀਂ ਕਦੀ ਇਹ ਵੀ ਸੋਚਿਆ? ਮੈਂ ਤਾਂ ਤੁਹਾਨੂੰ ਵੀ ਕਹਾਂਗੀ ਕਿ ਤੁਸੀਂ ਵੀ ਇਹ ਕੰਮ ਕਰੋ, ਇਮਾਨਦਾਰੀ ਦੇ ਨਾਲ ਕਰੋ, ਮਗਰ ਖੁਦਾ ਦਾ ਵਾਸਤਾ ਕਿਸੇ 'ਤੇ ਇਸ ਤਰ੍ਹਾਂ ਦੇ ਇਲਜ਼ਾਮ ਮਤ ਲਗਾਓ। ਮੈਂ ਬਾਰ ਬਾਰ ਕਹਿੰਦੀ ਹਾਂ ਕਿ ਤੁਹਾਡਾ ਇਹ ਰਿਐਕਸ਼ਨ ਜਿਹੜਾ ਹੈ ਨਾ, ਇਹ ਕਿਸੇ ਦੀ ਜਾਨ ਲੈ ਜਾਏਗਾ ਜਾਂ ਕਿਸੇ ਦਾ ਘਰ ਉਜਾੜ ਦੇਵੇਗਾ। ਜੋ ਤੁਸੀਂ ਕੰਟੈਂਟਬਾਜ਼ੀ ਕੀਤੀ ਹੋਈ ਹੈ, ਜੋ ਤੁਸੀਂ ਗੁੰਡਾਗਰਦੀ ਕੀਤੀ ਹੋਈ ਹੈ, ਇਸ ਵਕਤ ਸਾਰੀ ਦੁਨੀਆ ਤੁਹਾਨੂੰ ਜਿਹੜੀ ਹੈ ਨਾ ਉਹ ਦੇਖ ਰਹੀ ਹੈ। ਅਗਰ ਤੁਸੀਂ ਐਡੀਆਂ ਚੰਗੀਆਂ ਹੁੰਦੀਆਂ ਨਾ, ਤਾਂ ਤੁਹਾਡੇ 12, 13, 14 ਜਾਂ 1000, 1500 ਸਬਸਕ੍ਰਾਈਬਰ ਨਾ ਹੁੰਦੇ, ਇਸ ਟਾਈਮ ਤੁਸੀਂ ਮਿਲੀਅਨਸ ਦੇ ਵਿੱਚ ਖੇਲ ਰਹੀਆਂ ਹੁੰਦੀਆਂ ਕਿ ਲੋਕ ਤਾਂ ਤੁਹਾਨੂੰ ਸਲਾਮ ਕਰਦੇ। ਤੁਸੀਂ ਤਾਂ ਮੁਜਾਹਦਾਂ ਤੋਂ ਵੀ ਵੱਡਾ ਕੰਮ ਕਰ ਛੱਡਿਆ, ਤੁਸੀਂ ਤਾਂ ਐਡੇ ਵੱਡੇ ਵੱਡੇ ਡਕੈਤ ਕਰ ਦਿੱਤੇ। ਇਨਸਾਰ ਬਰਨੀ ਇੱਕ ਹੋਰ ਇਸ਼ੂ ਹੈ, ਉਸ ਇਸ਼ੂ ਨੂੰ ਚੁੱਕੋ ਨਾ। ਔਰ ਮੈਂ ਇਹ ਵੀ ਕਹਾਂਗੀ ਕਿ ਇਨਸਾਰ ਬਰਨੀ ਸਾਹਿਬ ਦੇ ਜਿਹੜਾ ਉਹ ਕੋਈ ਉਹਨਾਂ ਨੇ ਕਿਹਾ ਕਿ ਬੱਚੀ ਇਹਨਾਂ ਨੇ ਬਾਹਰ ਅਮੈਰੀਕਾ ਦਿੱਤੀ, ਉਹਦੇ ਵਾਲਦੈਨ ਨੇ 10 ਲੱਖ ਲਿਆ, ਪਹਿਲਾਂ ਤਾਂ ਉਸ ਬੱਚੀ ਦੇ ਮਾਂ ਪਿਓ ਨੂੰ ਫੜ ਕੇ ਅੰਦਰ ਤੁੰਨਣ ਨਾ ਹਕੂਮਤ ਵਾਲੇ, ਉਹਨਾਂ ਨੇ 10 ਲੱਖ ਰੁਪਏ ਨੂੰ ਅਹਿਮੀਅਤ ਜਾਣਿਆ ਔਰ ਆਪਣੀ ਬੱਚੀ ਜਿਹੜੀ ਉਹਨੂੰ ਵੇਚ ਦਿੱਤਾ, ਉਹਨੂੰ ਅਮੈਰੀਕਾ ਭੇਜ ਦਿੱਤਾ। ਕਿਸ ਮਕਸਦ ਵਾਸਤੇ ਭੇਜਿਆ, ਕਿਸ ਗੱਲ ਵਾਸਤੇ ਭੇਜਿਆ? ਤੁਸੀਂ ਗੱਲਾਂ ਤਾਂ ਬੜੀਆਂ ਬੜੀਆਂ ਕਰਦੀਆਂ ਹੋ, ਮਗਰ ਗੱਲ ਕਰੋ ਅਤੇ ਉਹ ਕਰੋ ਕਿ ਜਿਹਦਾ ਕੋਈ ਜਵਾਜ਼ ਹੋਏ, ਜਿਹਦਾ ਕੋਈ ਮਕਸਦ ਹੋਏ। ਅਤੇ ਜਿਸ ਗੱਲ ਦਾ ਮਕਸਦ ਹੀ ਨਾ ਹੋਏ ਨਾ, ਉਹ ਐਵੇਂ ਪਾਣੀ 'ਚ ਮਦਾਣੀ ਨਹੀਂ ਮਾਰੀਦੀ ਹੁੰਦੀ। ਆਪਣੇ ਆਪ ਨੂੰ ਅਕਲੇ ਕੁੱਲ ਨਹੀਂ ਸਮਝੀਦਾ। ਜੋ ਇਨਸਾਨ ਆਪਣੇ ਆਪ ਨੂੰ ਅਕਲਮੰਦ ਸਮਝਦਾ ਨਾ, ਉਹ ਕਦੀ ਵੀ ਅਕਲਮੰਦ ਨਹੀਂ ਹੋਇਆ। ਲੋਕਾਂ ਦੇ ਘਰਾਂ 'ਚ ਝਾਂਕਣਾ, ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਵੀ ਫਸਾਦ ਪਵਾਉਣਾ, ਲੋਕਾਂ ਦੀਆਂ ਜਿਹੜੀਆਂ ਨੇ ਆਪਸ 'ਚ ਦਰਾਣੀਆਂ, ਜਠਾਣੀਆਂ, ਭੈਣਾਂ ਨੂੰ, ਰਿਸ਼ਤਿਆਂ ਨੂੰ ਲੜਵਾਉਣਾ, ਕਿਆ ਤੁਹਾਨੂੰ ਇਸਲਾਮ ਨੇ ਇਹ ਤਾਲੀਮ ਦਿੱਤੀ ਹੈ?
ਮੇਰਾ ਖਿਆਲ ਹੈ ਕਿ ਤੁਸੀਂ ਤਾਂ ਕੋਈ ਡਰਾਮਿਆਂ ਦੇ ਰੋਲ ਅਦਾ ਕਰ ਰਹੇ ਹੋ, ਤੁਹਾਡੀ ਨਜ਼ਰ 'ਚ ਤਾਂ ਖੇਡ ਬਣੀ ਹੋਈ ਹੈ ਕਿਸੇ ਦੇ ਘਰ 'ਚ ਵੜ ਕੇ ਉਹਨਾਂ ਦੇ ਉੱਤੇ ਗੱਲਾਂ ਕਰਨੀਆਂ, ਉਹਨਾਂ 'ਤੇ ਰਿਐਕਸ਼ਨ ਦੇਣਾ। ਇਹ ਅਮੇਸੀਆ ਜਿਹੜੀ ਹੈ, ਅਮੇਸੀਆ ਨੇ ਇੰਨੀ ਕੁ ਅੱਗ ਲਾਈ ਹੋਈ ਹੈ, ਇੰਨੀ ਕੁ ਅੱਗ ਲਾਈ ਹੋਈ ਹੈ ਅਮੇਸੀਆ। ਮੈਨੂੰ ਨਹੀਂ ਪਤਾ ਤੂੰ ਮੇਰੇ ਤੋਂ ਬੜੀ ਹੈ ਛੋਟੀ ਹੈ, ਕੌਣ ਹੈ ਅਤੇ ਕੌਣ ਨਹੀਂ ਹੈ, ਮਗਰ ਅੱਲਾ ਤੂੰ ਡਰ, ਅੱਲਾ ਦੀ ਪਕੜ 'ਚ ਆ ਜਾਏਗੀ। ਹਿਨਾ ਜਿਹੜੀ ਹੈ ਨਾ, ਉਹ ਮੁਸੱਲੇ 'ਤੇ ਬਹਿ ਕੇ ਉਹ ਜਦੋਂ ਰੋਂਦੀ ਹੋਏਗੀ ਤਾਂ ਅੱਲਾ ਦੇ ਦਿਲ 'ਚ ਕੀ ਜਾਂਦਾ ਹੋਏਗਾ। ਇਹ ਦੱਸ ਨਾ, ਇਸਰਾਈਲ ਨੂੰ ਅਤੇ ਬਦਦੁਆਵਾਂ ਲੱਗਣੀਆਂ ਹੀ ਲੱਗਣੀਆਂ ਨੇ, ਦੁਨੀਆ ਤੋਂ ਉਹਨੇ ਸਫਾ ਹਸਤੀ ਤੂੰ ਮਿਟਣਾ ਹੀ ਮਿਟਣਾ ਹੈ। ਅਤੇ ਇਸੇ ਤਰ੍ਹਾਂ ਅੱਲਾ ਨੇ ਆਪਣੀ ਮਖਲੂਕ ਨੂੰ ਵੀ ਛੁੱਟ ਦਿੱਤੀ ਹੋਈ ਹੈ ਕਿ ਕਰੋ ਜੋ ਕਰ ਸਕਦੇ ਹੋ, ਇੱਕੋ ਵਾਰੀ ਮੈਂ ਲਪੇਟ 'ਚ ਲਵਾਂਗਾ। ਅਤੇ ਕਿਉਂ ਆਉਣਾ ਚਾਹੁੰਦੇ ਹੋ ਤੁਸੀਂ ਸਾਰੇ ਅੱਲਾ ਦੀ ਲਪੇਟ ਦੇ ਵਿੱਚ? ਮੈਂ ਤਾਂ ਤੁਹਾਨੂੰ ਨਾਲ ਹਲਕੇ ਫੁਲਕੇ ਮਜ਼ਾਕ ਵੀ ਕਰਦੀ ਰਹਿੰਦੀ ਹਾਂ ਕਿ ਸ਼ਾਇਦ ਕਿ ਤਣਾਓ ਥੋੜ੍ਹਾ ਕੰਮ ਹੋਏ, ਮਗਰ ਤੁਸੀਂ ਨਹੀਂ ਕੰਮ ਹੋਣ ਦਿਓਗੇ, ਕਿਉਂਕਿ ਤੁਹਾਨੂੰ ਪਤਾ ਹੈ ਕਿ ਅਗਰ ਤਣਾਓ ਘੱਟ ਗਿਆ ਜਾਂ ਗੱਲਾਂ ਮੁੱਕ ਗਈਆਂ ਤਾਂ ਸਾਡੇ ਕੋਲ ਕੰਟੈਂਟ ਨਹੀਂ ਰਹਿ ਜਾਏਗਾ, ਸਾਡੇ ਵਿਊਜ਼ ਕਿਨ ਜਾਣਗੇ? ਜਿਹੜੇ ਲੋਕ ਸਾਨੂੰ ਇਸ ਟਾਈਮ ਬਹਿ ਕੇ ਸਾਡੇ ਵਰਗੇ ਐਪਰੀਸ਼ੀਏਟ ਕਰ ਰਹੇ ਨੇ ਇਹ ਸਾਰੇ ਦੌੜ ਜਾਣਗੇ, ਕਿਉਂਕਿ ਉਹ ਲੋਕ ਨੇ ਜਿਹੜਾ ਚਸਕਾ ਲੈਣ ਆਉਂਦੇ ਨੇ, ਅਤੇ ਚਸਕੇ ਲੈਣ ਵਾਲੇ ਲੋਕ ਜਿਹੜੇ ਨੇ ਉਹ ਤੁਹਾਨੂੰ ਕਬਰੇ 'ਚ ਬਚਾਉਣ ਆਉਣਗੇ। ਮੈਂ ਤੈਨੂੰ ਕਹਿੰਦੀ ਹਾਂ ਕਿ ਮੈਂ ਕੱਲ੍ਹ ਬੈਠੀ ਸੋਚ ਰਹੀ ਸਾਂ ਕਿ ਮੇਰੀ ਜ਼ੁਬਾਨ ਤੋਂ ਪਤਾ ਨਹੀਂ ਕੋਈ ਐਸੇ ਲਫਜ਼ ਨਿਕਲੇ ਹੋਣ ਜਿਹਦੇ ਨਾਲ ਕਿਸੇ ਨੂੰ ਤਕਲੀਫ ਹੋਈ ਹੋਵੇ, ਅੱਜ ਅਗਰ ਮੈਂ ਮਰ ਜਾਵਾਂ ਮੈਨੂੰ ਮਾਫ਼ੀ ਲੈਣ ਦਾ ਮੌਕਾ ਹੀ ਨਾ ਮਿਲ ਸਕੇ, ਔਰ ਮੈਂ ਕਿਆਮਤ ਤੱਕ ਉਸ ਗੁਨਾਹ ਦੇ ਵਿੱਚ ਸੜਦੀ ਰਵਾਂ, ਬੇਸ਼ੱਕ ਮੇਰੇ ਜਿੰਨੇ ਮਰਜ਼ੀ ਅਮਲ ਚੰਗੇ ਕਿਉਂ ਨਾ ਹੋਣ, ਅਤੇ ਮੈਂ ਇਹ ਕੀ ਕਰ ਰਹੀ ਹਾਂ, ਮੇਰਾ ਕੱਲ੍ਹ ਦਿਲ ਕੀਤਾ ਕਿ ਮੈਂ ਰਿਐਕਸ਼ਨ ਵਾਲੀ ਨੂੰ ਕਹਾਂ ਕਿ ਅਗਰ ਜਿਹੜਾ ਨਾ ਮੈਂ ਮਰ ਜਾਵਾਂ ਅਤੇ ਮੇਰੀ ਕਿਸੇ ਗੱਲ ਤੋਂ ਤੇਰਾ ਦਿਲ ਦੁਖਿਆ ਹੋਏ ਤਾਂ ਮੈਨੂੰ ਮਾਫ਼ ਕਰ ਦੀ। ਕਿਆ ਤੁਹਾਨੂੰ ਹਿਨਾ ਦੇ ਬਾਰੇ 'ਚ ਖਿਆਲ ਨਹੀਂ ਆਉਂਦਾ? ਕਿਆ ਤੂੰ ਕਦੀ ਆਪਣੇ ਕਿਸੇ ਵਲੌਗ 'ਚ ਇਹ ਕਿਹਾ ਹੋਏ ਕਿ ਹਿਨਾ ਬਾਜੀ ਹਿੰਮਤ ਨਾ ਹਾਰਨਾ, ਅਸੀਂ ਸਾਰੇ ਤੁਹਾਡੇ ਨਾਲ ਹਾਂ, ਬਾਜੀ ਇਹ ਸਿਰਫ ਜਿਹੜਾ ਨਾ ਇੱਕ ਰਿਐਕਸ਼ਨ ਹੈ, ਇਹਨੂੰ ਦਿਲ 'ਤੇ ਨਾ ਲੈਣਾ ਮੇਰੀ ਭੈਣ, ਠੀਕ ਹੈ? ਅਸੀਂ ਤੇਰੇ ਵਾਸਤੇ ਦੁਆ ਗੋਵਾਂ ਤੇਰੇ ਸਿਰ ਦਾ ਸਾਈਂ ਸਲਾਮਤ ਰਹੇ, ਜਾਂ ਤੂੰ ਲੋਕਾਂ ਨੂੰ ਸ਼ਟਅਪ ਕਾਲ ਦੇਣੀ ਹੋਵੇ ਕਿ ਖਬਰਦਾਰ ਉਹਦੇ ਹਸਬੈਂਡ ਤੱਕ ਜਾਂ ਉਹਦੇ ਘਰ ਤੱਕ ਜਾਣ ਦੀ ਜ਼ਰੂਰਤ ਨਹੀਂ ਹੈ, ਜਿਹੜਾ ਮੇਰਾ ਕੰਟੈਂਟ ਹੈ ਉੱਥੇ ਤੱਕ ਰਹੋ। ਜਾਂ ਤੂੰ ਕਦੀ ਕੋਸ਼ਿਸ਼ ਕੀਤੀ ਹੋਵੇ ਕਿ ਤੂੰ ਉਹਨਾਂ ਨੂੰ ਖੁਦ ਪੁੱਛੇ ਕਿ ਇਸ ਤਰ੍ਹਾਂ ਇਹ ਚੀਜ਼ਾਂ ਆ ਰਹੀਆਂ ਨੇ, ਕਿਆ ਇਹ ਬਿਲਕੁਲ ਫਿਰ ਕੰਮ ਹੋਇਆ ਜਦੋਂ ਮੈਂ ਕਹਿ ਰਹੀ ਹਾਂ ਕਾਸ਼ 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 ਕਿ ਤੁਸੀਂ ਇਸ ਘਰ ਨੂੰ ਜਾਣਦੀਆਂ ਹੁੰਦੀਆਂ ਅਤੇ ਕਦੀ ਗੱਲ ਨਾ ਕਰਦੀਆਂ, ਕਈ ਫੱਫੇ ਕੁੱਟਣੀਆਂ ਅੱਗ ਲਾਉਣੀਆਂ ਆ ਕੇ ਤੀਲੀ ਲਾਉਂਦੀਆਂ ਨੇ। ਇਹ ਦੋਜ਼ਖ ਵਾਲੀ ਜਹੰਮ ਵਾਲੀ ਔਰਤਾਂ ਦਾ ਕੰਮ ਉਹ ਔਰਤਾਂ ਕਰ ਰਹੀਆਂ ਨੇ ਜਿਹੜੀਆਂ ਤੁਹਾਨੂੰ ਆ ਕੇ ਪੁਸ਼ਅਪ ਕਰਦੀਆਂ ਨੇ, ਔਰ ਤੁਸੀਂ ਟੱਪ ਪੈਂਦੀਆਂ ਹੋ ਕਿ ਵਾਹ ਜੀ ਵਾਹ, ਨਵਾਂ ਕੰਟੈਂਟ ਲੱਭ ਗਿਆ, ਨਵੀਂ ਗੱਲ ਸਾਡੇ ਹੱਥੇ ਚੜ ਗਈ। ਇਹ ਕੋਈ ਤਰੀਕਾਕਾਰ ਨਹੀਂ ਹੈ, ਇਹ ਕੋਈ ਇਨਸਾਨੀਅਤ ਨਹੀਂ ਹੈ। ਅਸੀਂ ਇਸ ਤਰ੍ਹਾਂ ਇੱਕ ਦੂਸਰੇ ਦਾ ਦੁੱਖ ਦਰਦ ਵੰਡਾ ਨਹੀਂ ਰਹੇ ਹਾਂ, ਇੱਕ ਦੂਜੇ ਦਾ ਤਮਾਸ਼ਾ ਬਣਾ ਰਹੇ ਹਾਂ। ਔਰ ਤੁਸੀਂ ਜਦੋਂ ਇਹਨਾਂ 'ਤੇ ਗੱਲ ਕਰਦੇ ਹੋ, ਇਹਨਾਂ ਨੂੰ ਕਿੰਨੇ ਕਿੰਨੇ ਸਾਲ ਹੋ ਗਏ ਨੇ ਇੱਥੇ ਰਹਿੰਦੇ ਹੋਏ, ਆਖਿਰਕਾਰ ਇਹਨਾਂ ਦੇ ਜਾਣਨ ਵਾਲੇ ਵੀ ਤਾਂ ਇਸ ਮੁਲਕ 'ਚ ਹੈ ਨੇ ਨਾ, ਉਹ ਕਿਉਂ ਨਹੀਂ ਕੋਈ ਆ ਕੇ ਬੋਲਦਾ? ਤੁਹਾਡੇ ਰਿਐਕਸ਼ਨ 'ਤੇ, ਤੁਹਾਡੀਆਂ ਗੱਲਾਂ ਸੁਣ ਕੇ ਜਿਹੜੇ ਹੁੰਦੇ ਨੇ ਨਾਕਸੁਲ ਅਕਲ ਲੋਕ, ਥੋੜ੍ਹੀ ਅਕਲ ਰੱਖਣ ਵਾਲੇ, ਉਹ ਤੁਹਾਡੀਆਂ ਗੱਲਾਂ 'ਤੇ ਯਕੀਨ ਕਰਦੇ ਨੇ, ਔਰ ਫਿਰ ਉਸ ਤੋਂ ਬਾਅਦ ਉਹ ਬੈਡ ਕਮੈਂਟਸ ਐਸੇ ਕਰਦੇ ਨੇ, ਔਰ ਫਿਰ ਜਦੋਂ ਕੋਈ ਪੜ੍ਹਦਾ ਵੇ ਉਹ ਪੜ੍ਹ ਕੇ ਮੰਜੇ 'ਤੇ ਨਾ ਲੰਮਾ ਪਵੇ, ਉਹਦਾ ਬੀ ਪੀ ਨਾ ਹਾਈ ਹੋਵੇ, ਉਹਦੀ ਸ਼ੂਗਰ ਨਾ ਹਾਈ ਹੋਵੇ, ਅਤੇ ਕੀ ਹੋਵੇ। ਮੈਂ ਖੁਦ ਪੇਸ਼ੈਂਟ ਹਾਂ ਨਾ, ਮੇਰੇ ਡਾਕਟਰ ਨੇ ਮੇਰੇ ਭਾਈ ਨੂੰ ਕਿਹਾ ਸੀ ਇਹਨੂੰ ਡਿਪਰੈਸ਼ਨ ਔਰ ਸਟ੍ਰੈਸ ਦੇ ਵਿੱਚੋਂ ਕੱਢੋ, ਅਗਰ ਨਹੀਂ ਕੱਢੋਗੇ ਨਾ ਤਾਂ ਅੱਲਾ ਨਾ ਕਰੇ
ਇਹਦੇ ਨਾਲ ਕੁਛ ਵੀ ਹੋ ਸਕਦਾ ਹੈ। ਤੁਸੀਂ ਤਾਂ ਉਹਨਾਂ ਨੂੰ ਜੀਣ ਹੀ ਨਹੀਂ ਪਈਆਂ ਦਿੰਦੀਆਂ। ਅਗਰ ਬੀਪੀ ਦਾ ਤੁਸੀਂ ਦੇਖ ਵੀ ਲਿਆ ਕਿ ਉਹ ਉਲਟਾ ਬੱਚਿਆਂ ਨੇ ਲਗਾਇਆ ਹੈ, ਉਹਦੇ ਜ਼ੇਹਨ 'ਚ ਨਹੀਂ ਰਿਹਾ, ਸਮ ਟਾਈਮ ਮੇਰੇ ਜ਼ੇਹਨ 'ਚ ਕੁਛ ਨਹੀਂ ਰਹਿੰਦਾ। ਜਿਵੇਂ ਕੱਲ੍ਹ ਮੈਂ ਹਾਂਡੀਆਂ ਦੇ ਵਿੱਚ ਮਿੱਠਾ ਸੋਡਾ ਪਾ ਬੈਠੀ ਨਮਕ ਬਣਾ ਕੇ, ਹਾਲਾਂਕਿ ਮੈਂ ਦੇਖ ਵੀ ਰਹੀ ਹਾਂ ਕਿ ਨਮਕ ਵਾਲੀ ਡੱਬੀ ਨਹੀਂ ਹੈ, ਮਗਰ ਮੇਰਾ ਦਿਮਾਗ ਹੀ ਹਾਜ਼ਰ ਨਹੀਂ ਸੀ। ਕਿਉਂਕਿ ਜਿਹੜਾ ਇਹ ਲਫਜ਼ ਨੇ ਨਾ, ਲਫਜ਼ ਤੁਹਾਡੇ ਜਿਹੜੇ ਅਲਫਾਜ਼ ਹੁੰਦੇ ਨੇ, ਇਹ ਇਨਸਾਨ ਨੂੰ ਖਤਮ ਕਰ ਦਿੰਦੇ ਨੇ, ਇਹ ਇਨਸਾਨ ਨੂੰ ਮਾਰ ਦਿੰਦੇ ਨੇ। ਇਨਸਾਨ ਜਿਹੜਾ ਨਾ, ਉਹ ਜਿੰਦੇ ਜੀ ਖਤਮ ਹੋ ਜਾਂਦਾ ਵੇ। ਅਤੇ ਜਦੋਂ ਇੱਕ ਔਰਤ ਦੇ ਉੱਤੇ ਸਾਰਾ ਕੁਛ ਆ ਪੈਂਦਾ ਵੇ, ਉਹ ਵਿਚਾਰੀ ਕੀ ਕਰੇ, ਕਿਹੜੇ ਪਾਸੇ ਜਾਵੇ? ਉਹ ਆਪਣੇ ਘਰ ਨੂੰ ਵੇਖੇ, ਸ਼ੋਹਰ ਨੂੰ ਵੇਖੇ, ਆਪਣੇ ਬੱਚਿਆਂ ਨੂੰ ਦੇਖੇ, ਆਪਣੇ ਆਪ ਵੱਲ ਵੇਖੇ, ਜਾਂ ਤੁਹਾਡੀਆਂ ਗੱਲਾਂ ਸੁਣੇ? ਅਗਰ ਉਹ ਕਿਸੇ ਦਾ ਡਰੈਸ ਪਾ ਕੇ ਉਹਨਾਂ ਦੀ ਪ੍ਰਮੋਸ਼ਨ ਕਰ ਰਹੀ ਹੈ, ਬਜਾਏ ਇਸ ਦੇ ਕਿ ਤੁਸੀਂ ਬੀਂਗਾ ਔਰਤ ਹੋਣ ਦੀ ਹੈਸੀਅਤ ਨਾਲ ਉਹਨੂੰ ਤੁਸੀਂ ਐਪਰੀਸ਼ੀਏਟ ਕਰੋ, ਉਹਨੂੰ ਤੁਸੀਂ ਇਸ ਗੱਲ 'ਤੇ ਜਿਹੜਾ ਵੀ ਸ਼ਾਬਾਸ਼ ਦਿਓ ਕਿ ਤੂੰ ਬੜੀ ਬਾਹਿੰਮਤ ਹੈ, ਤੂੰ ਤਾਂ ਦੂਸਰੀਆਂ ਔਰਤਾਂ ਵਿੱਚ ਮੋਟੀਵੇਸ਼ਨ ਪੈਦਾ ਕਰ ਰਹੀ ਹੈ, ਤੈਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ। ਕਿਆ ਤੁਹਾਡੇ ਰਿਐਕਸ਼ਨ ਤੋਂ ਕਦੀ ਕਿਸੇ ਨੂੰ ਸ਼ਾਬਾਸ਼ ਵੀ ਮਿਲੀ? ਕਦੀ ਨਹੀਂ ਮਿਲੀ। ਠੀਕ ਹੈ, ਮੈਂ ਸਮ ਟਾਈਮ ਤੇਰੇ ਬਣੇ ਹੋਏ ਚਨੇ ਦੇਖ ਰਹੀ ਹੁੰਦੀ ਹਾਂ, ਮੇਰਾ ਕਿਉਂਕਿ ਮੇਰੀ ਤੁਹਾਡੇ ਲੋਕਾਂ ਨਾਲ ਬਣਦੀ ਨਹੀਂ ਹੈਗੀ, ਕਿ ਤੁਸੀਂ ਇੱਕ ਝੂਠੇ ਲੋਕ ਹੋ। ਮੇਰਾ ਕਦੀ ਕਦੀ ਦਿਲ ਕਰ ਰਿਹਾ ਹੁੰਦਾ ਕਿ ਮੈਂ ਕਮੈਂਟ ਕਰਾਂ ਕਿ ਇਹਦੀ ਰੈਸਿਪੀ ਤਾਂ ਜ਼ਰਾ ਦਮੀ ਸ਼ਕਲੋਂ ਬੜੇ ਸੋਹਣੇ ਲੱਗਦੇ ਨੇ, ਮੈਂ ਪਕਾ ਕੇ ਵੀ ਵੇਖਾਂ। ਅਗਰ ਪਲਵਸ਼ਾ ਨੇ ਫਰਾ ਖਾਨ ਦੀ ਇੱਕ ਰੈਸਿਪੀ ਬਣਾਈ, ਤੁਸੀਂ ਉਹਦੇ 'ਤੇ ਵੀ ਉਹ ਗੱਲਾਂ ਕੀਤੀਆਂ। ਇੱਜ਼ਤਦਾਰ ਘਰਾਂ ਦੀਆਂ ਔਰਤਾਂ ਇਹ ਨਹੀਂ ਕਹਿੰਦੀਆਂ ਹੁੰਦੀਆਂ ਕਿ ਇਹਨੂੰ ਇੰਡੀਆ 'ਚ ਕੰਮ ਕਰਨ ਦੀ ਔਫਰ ਆਈ ਹੈ। ਜਿਹੜੀਆਂ ਬੇਹਯਾ ਪਾਕਿਸਤਾਨੀ ਐਕਟਰਸਾਂ ਇੰਡੀਆ ਜਾ ਕੇ ਕੱਪੜੇ ਲਾ ਕੇ ਆਪਣਾ ਵਜੂਦ ਦਿਖਾ ਕੇ ਮੁਲਕ ਨੂੰ ਦਾ ਨਾਮ ਬਰਬਾਦ ਕਰਕੇ ਬੈਠੀਆਂ ਨਾ, ਬੀਬੀ ਇਹ ਰਿਐਕਸ਼ਨ ਉਹਨਾਂ 'ਤੇ ਦਿਓ, ਇਹ ਗੱਲਾਂ ਉਹਨਾਂ ਨੂੰ ਸੁਣਾਓ। ਅਤੇ ਮੈਂ ਤੁਹਾਨੂੰ ਮੰਨਾਂ ਕਿ ਹਾਂ ਬਈ, ਬਹੁਤ ਬੜੇ ਰਿਐਕਸ਼ਨ ਚੈਨਲ ਦੀਆਂ ਇਹ ਮਾਲਕ ਨੇ, ਯੂਟਿਊਬ ਇਹਨਾਂ ਨੇ ਖਰੀਦਿਆ ਹੋਇਆ ਵੇ, ਇਹਨਾਂ ਨੇ ਯੂਟਿਊਬ ਨੂੰ ਹੀ ਸਭ ਕੁਛ ਬਣਾਇਆ ਹੋਇਆ ਵੇ। ਐਵੇਂ ਬਿਲਾ ਵਜ੍ਹਾ ਲੋਕਾਂ ਦੇ ਘਰਾਂ ਦੇ ਵਿੱਚ ਅੱਗ ਲਾਉਣਾ, ਲੋਕਾਂ ਨੂੰ ਜਿਹੜਾ ਵੇ ਅਪਸੈਟ ਕਰਨਾ, ਪਰੇਸ਼ਾਨ ਕਰਨਾ, ਇਹ ਕਿੱਥੇ ਦੀ ਇਨਸਾਨੀਅਤ ਹੈ? ਇਹ ਕਿੱਥੇ ਦਾ ਤਰੀਕਾ ਵੇ? ਅਤੇ ਮੇਰਾ ਖਿਆਲ ਹੈ ਕਿ ਮੇਰਾ ਵਲੌਗ ਜਿਹੜਾ ਵੇ ਉਹ ਕਾਫੀ ਜ਼ਿਆਦਾ ਲੰਬਾ ਹੋ ਚੁੱਕਿਆ ਵੇ। ਮੈਂ ਖੁਦ ਵੀ ਅਪਸੈਟ ਹਾਂ ਇਸ ਕਹਾਣੀ ਤੋਂ, ਕਿਉਂਕਿ ਇਹ ਲੋਕ ਇਸ ਕਹਾਣੀ ਨੂੰ ਨਹੀਂ ਖਤਮ ਹੋਣ ਦੇ ਰਹੇ। ਇਹ ਵਲੌਗਸ ਜਿਹੜੇ ਨੇ ਨਾ ਤੁਹਾਡੇ, ਇਹ ਵਸੀਮ ਵੀ ਦੇਖਦਾ ਵੇ। ਮੈਂ ਪਹਿਲਾਂ ਵੀ ਅਰਜ਼ ਕੀਤੀ ਸੀ ਕਿ ਉਹ ਵਿਚਾਰਾ ਕੀ ਉਹਨੇ ਠੀਕ ਹੋਣਾ ਵੇ, ਉਹ ਇਹੋ ਹੀ ਸੋਚਦਾ ਹੋਏਗਾ ਕਿ ਸਾਰੀ ਜ਼ਿੰਦਗੀ ਬੀਵੀ ਨੂੰ ਬੱਚਿਆਂ ਨੂੰ ਕਮਾ ਕੇ ਮੈਂ ਆਪ ਖਵਾਇਆ, ਅਤੇ ਅੱਜ ਮੈਂ ਲੋਕਾਂ ਦੀਆਂ ਗੱਲਾਂ ਸੁਣ ਰਿਹਾ।